ਸਤ ਸ੍ਰੀ ਅਕਾਲ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਫੋਰੈਸਟ ਕਾਰਡ ਦਾ ਪੇਪਰ ਹੋਇਆ ਜੀ 13 ਤਰੀਕ ਨੂੰ ਠੀਕ ਹੈ 13 11 ਨੂੰ ਜੀ ਤਾਂ ਇਹਦੇ ਵਿੱਚ ਆਪਣਾ ਜਿਹੜਾ ਕੰਟੈਂਟ ਆਇਆ ਸੀਗਾ ਤੁਹਾਨੂੰ ਮੈਂ ਸਾਰਾ ਐਨਲਿਸਿਸ ਕਰਕੇ ਦਿਖਾਤਾ ਸੀਗਾ ਜੀ ਵੀ ਇਹ ਇਹ ਆਪਣਾ ਆਇਆ ਜੀ ਹੁਣ ਇਹ ਕਿਦੇ ਵਿੱਚੋਂ ਆਇਆ ਕੀ ਕੁਝ ਹੈ ਜੀ ਤਾਂ ਲਕਸ਼ੇ ਬੈਚ ਲਈ ਕਾਫੀ ਸਾਰੇ ਸਟੂਡੈਂਟਸ ਨੇ ਮੈਸੇਜ ਕੀਤਾ ਸੀਗਾ ਕੀ ਕੁਝ ਮਿਲੂਗਾ ਮੈਂ ਤੁਹਾਨੂੰ ਦੱਸ ਦੇਣਾ ਤੇ ਜਿਹੜਾ ਮੈਕਸਿਮਮ ਅਲਟੀਮੇਟ ਆਫਰ ਹੋਊਗਾ ਮੈਂ ਉਹ ਵੀ ਦੱਸ ਦੇਣਾ ਜੀ ਦੇਖੋ ਇੱਕ ਤਾਂ ਸਾਰੀ ਵੀਡੀਓ ਕੰਟੈਂਟ ਮਿਲੂਗਾ ਹੀ ਮਿਲੂਗਾ ਜੀ ਸਾਰੇ ਸਬਜੈਕਟਸ ਦਾ ਹੈ ਨਾ ਈਚ ਐਂਡ ਇਵਰੀ ਸਬਜੈਕਟ ਦਾ ਸਾਰਾ ਵੀਡੀਓ ਕੰਟੈਂਟ ਹੋਊਗਾ ਉਸ ਤੋਂ ਬਾਅਦ ਜਿਹੜਾ ਜੀਐਸ ਦਾ ਸੀ ਸਪੈਸ਼ਲ ਬਣਾਇਆ ਹੋਇਆ ਜੀ ਕੀ ਕੁਸ਼ ਹੈ ਤੁਸੀਂ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਤੁਹਾਨੂੰ ਅ ਅਸਾਈਨਮੈਂਟਸ ਮਿਲਣਗੀਆਂ ਜੀ ਇਹ ਪੋਲੀਟੀ ਦੀਆਂ ਅਸਾਈਨਮੈਂਟਸ ਨੇ ਜੀ ਟੌਪਿਕ ਵਾਈਜ਼ ਇਹ ਵਾਲੀਆਂ ਅਸਾਈਨਮੈਂਟਸ ਨੇ ਤੁਸੀਂ ਚੈੱਕ ਕਰ ਸਕਦੇ ਹੋ ਸਾਰੀਆਂ ਠੀਕ ਹੈ 18 ਤੋਂ 20 ਅਸਾਈਨਮੈਂਟਸ ਨੇ ਜੀ ਉਸ ਤੋਂ ਬਾਅਦ ਦੇ ਵਿੱਚ ਹਿਸਟਰੀਆਂ ਅਸਾਈਨਮੈਂਟਸ ਨੇ ਜੀ ਇਹ ਮਾਡਰਨ ਹਿਸਟਰੀ ਨੇ ਅਸਾਈਨਮੈਂਟਸ ਨੇ ਜੀ ਇਹ ਵਾਲੀਆਂ ਕਿਉਂਕਿ ਪੀ 3ਐਸਬੀ ਨੇ ਮਾਡਰਨ ਹਿਸਟਰੀ ਨੂੰ ਜ਼ਿਆਦਾ ਸਟ्रेस ਦਿੱਤਾ ਸੀ ਜੀ ਤਾਂ ਅਸੀਂ ਇਹਦੀਆਂ ਅਸਾਈਨਮੈਂਟਸ ਬਣਾਈਆਂ ਸੀ ਜੀ ਉਸ ਤੋਂ ਬਾਅਦ ਆ ਪੰਜਾਬ ਜੀਕੇ ਦੀਆਂ ਅਸਾਈਨਮੈਂਟਸ ਨੇ ਜੀ ਇਹ ਸਾਰੀਆਂ ਠੀਕ ਹੈ ਹਰ ਅਸਾਈਨਮੈਂਟ ਦੇ ਵਿੱਚ ਲਗਭਗ ਲਗਭਗ ਕਿਸੇ 'ਚ 15 ਕੁਐਸਚਨ ਨੇ ਕਿਸੇ 'ਚ 20 ਕੁਐਸਚਨ ਨੇ ਕਿਸੇ 'ਚ 12 ਕੁਐਸਚਨ ਨੇ ਕਿਸੇ 'ਚ 25 ਕੁਐਸਚਨ ਨੇ ਜਿੰਨੇ ਜਿੰਨੇ ਕੁਐਸਚਨ ਹੋਣ ਨੇ ਉਹ ਟੌਪਿਕ ਕਵਰ ਕਰਦੇ ਨੇ ਬਸ ਉਸ ਤੋਂ ਬਾਅਦ এনਵਾਇਰਨਮੈਂਟ ਦੀਆਂ ਅਸਾਈਨਮੈਂਟਸ ਨੇ ਜੀ ਇਹ ਠੀਕ ਹੈ ਐਮਸੀਕਿਊ ਟਾਈਪ ਨੇ ਸਾਰੇ ਇਹ ਤਾਂ ਇੱਕ ਚੈਪਟਰ ਹੋ ਗਿਆ ਦੂਸਰਾ ਚੈਪਟਰ ਹੋ ਗਿਆ ਤੀਸਰਾ ਚ ਉਸ ਤੋਂ ਬਾਅਦ ਚ ਕਰੰਟ ਅਫੇਅਰ ਮੰਥਲੀ ਐਮਸੀਕਿਊਜ਼ ਅਸਾਈਨਮੈਂਟ ਠੀਕ ਹੈ ਇਹ ਮੰਥਲੀ ਐਮਸੀਕਿਊਜ਼ ਨੇ ਜੀ ਇਹਦੇ ਵਿੱਚੋਂ ਕੁਝ ਤਿਆਰ ਹੋ ਗਏ ਕੁਝ ਅਸੀਂ ਅਜੇ ਅਪਲੋਡ ਕਰ ਰਹੇ ਹਾਂ ਉਸ ਤੋਂ ਬਾਅਦ ਦੇ ਵਿੱਚ ਪੀ ਟ੍ਰਿਪਲ ਐਸ ਬੀ ਜਿਹੜਾ ਨਵਾਂ ਸਿਲੇਬਸ ਆਇਆ ਸੀਗਾ ਸਿਨੇਮਾ ਲਿਟਰੇਚਰ ਐਂਡ ਸਪੋਰਟਸ ਲਗਭਗ ਲਗਭਗ 400 500 ਐਮਸੀਕਿਊਜ਼ ਹੈ ਤਾਂ ਜੀ ਤੇ ਇਹਦੇ ਵਿੱਚੋਂ ਜਿਹੜਾ ਪੇਪਰ ਆਇਆ ਜ 39 ਕੁਐਸਚਨ ਦੇ ਫੋਰੈਸਟ ਗਾਰਡ ਦੇ ਨੇ ਇਹਦੇ ਵਿੱਚ ਆਏ ਨੇ ਕਰੰਟ ਅਫੇਅਰ ਦੀ ਜਿਹੜੀ ਮੈਗਜ਼ੀਨ ਚ ਨੇ ਜੀ ਤੇ ਫਿਲਹਾਲ ਉਰੇ ਤੱਕ ਤਿਆਰ ਹੋ ਗਈ ਹੈ ਇਹ ਸਾਰਾ ਦਸੰਬਰ ਤੱਕ ਜਾਊਗਾ ਜੀ ਠੀਕ ਹੈ ਜਿਹੜੇ ਵੀ ਕੁਸ਼ਚਨ ਪੁੱਛੇ ਜਾ ਰਹੇ ਨੇ ਇਹਦੇ ਵਿੱਚ ਅਪ੍ਰੈਲ ਦੇ ਵੀ ਕੁਸ਼ਚਨ ਆਏ ਮਾਰਚ ਦੇ ਵੀ ਕੁਸ਼ਚਨ ਹੈ ਵਗੈਰਾ ਵਗੈਰਾ ਉਸ ਤੋਂ ਬਾਅਦ ਈ-ਬੁਕਸ ਨੇ ਜੀ এনवायरमेंट ਦੇਤੀ ਹਿਸਟਰੀ ਦੇਤੀ ਜੀਓਗ੍ਰਾਫੀ ਦੇਤੀ ਸਾਇੰਸ ਦੇਤੀ ਸਟੈਟਿਕ ਚੱਲ ਰਹੀ ਹੈ ਜੀ ਅੱਜ ਕੱਲ੍ਹ ਤੇ ਸਾਡੀ ਪੂਰੀ ਹੋ ਜਾਏਗੀ ਕੱਲ੍ਹ ਨੂੰ ਪ੍ਰੋਵਾਈਡ ਕਰ ਦਾਂਗੇ ਜੀ ਠੀਕ ਹੈ ਹੈਂਡ ਰਿਟਨ ਨੋਟਸ ਪੰਜਾਬ ਜੀ ਦੇ ਵੀ ਨੇ ਜੀ ਪੰਜਾਬੀ ਗ੍ਰਾਮਰ ਦੇ ਵੀ ਨੇ ਤੇ ਫੁੱਲ ਲੈਂਥ ਐਕਸਰਸਾਈਜ਼ ਦੇ 5 ਮੌਕਸ ਕਰਾਂਗੇ ਪੇਪਰ ਤੋਂ ਪਹਿਲਾਂ ਠੀਕ ਹੈ ਸਾਡੇ ਜਿਹੜੇ ਫਾਈਨਲ ਮੌ ਤਾਂ ਮੈਂ ਤੁਹਾਨੂੰ ਦੁਬਾਰਾ ਦਿਖਾ ਦੇਣਾ ਜੀ ਵੀ ਐਵੇਂ ਹੀ ਪੀਪੀਐਸਸੀ ਦਾ ਜੀ ਠੀਕ ਹੈ ਆ ਤੁਸੀਂ ਦੇਖ ਪਾਉਂਗੇ ਐਵੇਂ ਹੀ ਇਹ ਪੀਪੀਐਸਸੀ ਲੈਵਲ ਦੀ ਬਣਾਈ ਹੋਈ ਹੈ ਅਗਰ ਤੁਸੀਂ ਕਹ ਲੂ ਸੀਨੀਅਰ ਅਸਿਸਟੈਂਟ ਦੀ ਤਿਆਰੀ ਕਰਦੇ ਹੋ ਪੇਪਰ ਆਉਂਦਾ ਜੀ ਤਾਂ ਉਹਦਾ ਸੇਮ ਉਵੇਂ ਹੀ ਇਹ ਬਣਾਇਆ ਇਹ ਪੀਪੀਐਸਸੀ ਲੈਵਲ ਦੀ ਬਣਾਈ ਹੋਈ ਹੈ ਅਸਾਈਨਮੈਂਟਸ ਇਹ ਲੱਗਤ ਨਹੀਂ ਜੀ ਤਾਂ ਇਹੇ ਕੁਐਸਚਨ ਦੇਖੋ ਸਾਰੀਆਂ ਅਸਾਈਨਮੈਂਟਸ ਵਗੈਰਾ ਤੋਂ ਯਾਨੀ ਦੇਖੋ ਸਾਰਾ ਅਸਾਈਨਮੈਂਟ ਚੜਾ ਲਿਖਿਆ ਹੋਇਆ ਜੀ ਠੀਕ ਹੈ ਤਾਂ ਹੁਣ ਜੋ ਵੀ ਅਜਾ ਆਫਰ ਹੈ ਜੀ ਦਿਸ ਇਜ਼ ਦਾ ਆਫਰ ਅਸੀਂ ਇਹਨਾਂ ਕਟ ਕਦੇ ਵੀ ਨਹੀਂ ਦਿੱਤਾ ਲੇਕਿਨ ਸਾਨੂੰ ਐਸੀ ਕਭੀ ਚਲੋ ਸਟੂਡੈਂਟਸ ਦੀ ਡਿਮਾਂਡ ਹੈ ਸਟੂਡੈਂਟਸ ਪੜ੍ਹਨਾ ਚਾਹੁੰਦੇ ਨੇ ਫਾਈਨਲ ਟੱਚ ਦੇਣਾ ਚਾਹੁੰਦੇ ਨੇ ਜੀ ਇੱਕ ਵਾਰ ਲਾਸਟ ਮੂਮੈਂਟ ਤੇ ਕੰਟੈਂਟ ਨੂੰ ਸੋਲਵ ਕਰਕੇ ਅਗਰੇ ਜੋ ਪੇਪਰ ਆਂਦਾ ਤਾਂ ਬੈਨੀਫਿਟ ਹੈ ਆਪਣਾ ਤਾਂ ਜਿਹੜੇ ਨਵੇਂ ਸਟੂਡੈਂਟਸ ਨੇ ਜੀ 3100 ਫੀਸ ਹੈ ਜਿਹੜੇ ਸਟੂਡੈਂਟਸ ਨੇ ਮੰਜ਼ਿਲ ਬੈਚ ਜਾਂ ਫਿਰ ਪੀਵਾਈਕਿਊ ਬੁੱਕ ਲੈਤੀ ਹੋਈ ਹੈ ਉਹਨਾਂ ਲਈ 2600 ਫੀਸ ਹੈ ਜਿਹੜੇ ਸਟੂਡੈਂਟਸ ਨੇ ਮੰਜ਼ਿਲ ਬੈਚ ਤੇ ਪੀ ਵੀ ਕਯੂ ਬੁੱਕ ਦੋਵੇਂ ਲਿੱਤੇ ਹੋਏ ਨੇ ਉਹਨਾਂ ਨੇ ਅਪਗ੍ਰੇਡ ਕਰਨਾ ਤੇ 2100 ਫੀਸ ਹੈ ਅਗਰ ਤੁਸੀਂ ਜਿਵੇਂ ਮੰਜ਼ਿਲ ਬੈਚ ਜਿਹੜੇ ਵਾਲੇ ਸਟੂਡੈਂਟਸ ਨੇ ਜਾਂ ਪੀ ਵੀ ਕਯੂ ਵਾਲੇ ਸਟੂਡੈਂਟਸ ਨੇ ਅਗਰ ਤੁਸੀਂ ਲੱਖੇ ਬੈਚ ਅੱਜ ਮਤਲਬ ਅਪਗ੍ਰੇਡ ਕਰਦੇ ਹੋ ਤਾਂ ਤੁਹਾਡੀ ਜਿਹੜੀ ਵੈਲਿਡਿਟੀ ਹੈ 1 ਸਾਲ ਦੀ ਅੱਜ ਤੋਂ ਰੀਨਿਊ ਹੋ ਜਾਏਗੀ ਠੀਕ ਹੈ ਐਂਡ ਪੀ ਵੀ ਕਯੂ ਤੇ ਵੀ ਲਗਾਇਆ ਜੀ ਪੀ ਵੀ ਕਯੂ ਬੁੱਕ ਤੇ ਉਹ 7800 ਦੀ ਕਰਦੇ ਜੀ ਐਂਡ ਮੰਜ਼ਿਲ ਬੈਚ ਜਿਹੜਾ ਹੈਗਾ ਜੀ ਉਹ 1100 ਦਾ ਵੈਸੇ ਇਹਦੀ ਵੈਲਿਡਿਟੀ ਸੌਰੀ ਹਾਂ ਵੈਸੇ ਇਹਦੀ ਜਿਹੜੀ ਵੈਲਿਡਿਟੀ ਹੁੰਦੀ ਇਹ 7 ਮੰਥ ਦੀ ਹੁੰਦੀ ਹੈ ਜੀ ਠੀਕ ਹੈ ਲੇਕਿਨ ਅੱਜ ਇੱਕ ਸਾਲ ਦੀ ਕਰਤੀ ਜੀ ਐਵੇਂ ਹੀ ਸੀਜੀਐਲ ਵਾਲਾ ਪੈਚ ਹੈ ਤਾਂ ਤੁਸੀਂ ਸਾਰੇ ਦੇਖ ਸਕਦੇ ਹੋ ਇਸ ਨੂੰ ਸਾਰਾ ਕੁਝ ਕਿੱਥੇ ਮਿਲੇਗਾ ਜੀ ਸਾਡੀ ਵੈਬਸਾਈਟ ਤੇ ਮਿਲੇਗਾ ਜੀ ਠੀਕ ਹੈ ਵੈਬਸਾਈਟ ਤੁਸੀਂ ਵਿਜ਼ਿਟ ਕਰ ਲਓ ਮੈਂ ਤੁਹਾਨੂੰ ਦਿਖਾ ਦਿੰਦਾ ਜੀ ਵੈਬਸਾਈਟ ਵਿਜ਼ਿਟ ਕਰੋਗੇ ਆ ਦੇਖ ਲਓ ਠੀਕ ਹੈ ਜੀ ਫॉर ਨਿਊ ਸਟੂਡੈਂਟਸ 3400 for ਜਿਹੜੇ ਸਟੂਡੈਂਟਸ ਲਈ ਆ 2100 ਐਂਡ 2600 ਇਹ ਆਫਰ ਅੱਜ ਲਈ ਹੀ ਵੈਲਿਡ ਸੀ ਲੇਕਿਨ ਹੋ ਸਕਦਾ ਸੀ ਕੱਲ ਲਈ ਐਕਸਟੈਂਡ ਕਰੀਏ ਸ਼ੋਰਟ ਰਿਟ ਨਹੀਂ ਹੈ ਜੀ ਕਿਉਂਕਿ ਬਹੁਤ ਸਾਰਾ ਚੈਨਲ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਹੋ ਰਹੀਆਂ ਨੇ ਅਸੀਂ ਜਿਵੇਂ ਅੱਜ ਅਕਾਊਂਟ ਦਾ ਪੇਪਰ ਹੋਇਆ ਜੀ ਅਕਾਊਂਟ ਦੇ ਪੇਪਰ ਤੇ ਵੀ ਕੁਝ ਨਾ ਕੁਝ ਕੁਐਸ਼ਨਸ ਆਏ ਨੇ ਉਹ ਦਾ ਐਨਾਲਿਸਿਸ ਕਰਨਾ ਸੀ ਉਹ ਵੀ ਰਹਿ ਗਿਆ ਜੇ ਕਰਾਂਗੇ ਸ਼ਾਮ ਤੱਕ ਦੇਖਦੇ ਆਂ ਠੀਕ ਹੈ ਤਾਂ ਪੀ ਵੀ ਆਈ ਕਿ ਬੁੱਕ ਪਈ ਹੈ ਜੀ ਤਾਂ ਇਹ ਮੰਜ਼ਿਲ ਬੈਚ ਹੈ ਜਿਹੜੇ ਵੀ ਸਟੂਡੈਂਟਸ ਇਨਰੋਲ ਕਰਨਾ ਚਾਹੁੰਦੇ ਨੇ ਉਹ ਰੋ ਕਰ ਸਕਦੇ ਨੇ ਜੀ ਪ੍ਰੋਬੇਬਲੀ ਆਫਰ ਅੱਜ ਤਾਈਂ ਹੈ ਜੀ ਹੋ ਸਕਦਾ ਕੱਲ ਨੂੰ ਐਕਸਟੈਂਡ ਕਰੀਏ ਜਾਂ ਨਾ ਕਰੀਏ ਜਿਹੜੇ ਸਟੂਡੈਂਟਸ ਕਰਨਾ ਚਾਹੁੰਦੇ ਨੇ ਜੀ ਵੈਬ ਵੈਬਸਾਈਟ ਤੇ ਜਾ ਕੇ ਇਹ ਚੀਜ਼ ਕਰ ਸਕਦੇ ਨੇ ਥੈਂਕ ਯੂ ਸੋ ਮੱਚ ਆਲ ਦਾ ਬੈਸਟ ਬਾਏ